ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮਦਨ ਹੈੜੀ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰੱਸਟ ਦੇ ਵਿੱਚ ਅਸੀਂ ਖੜ੍ਹੇ ਹਾਂ। ਦੇਖ ਸਕਦੇ ਹੋ ਤੁਸੀਂ ਕਿ ਇੱਥੇ ਸਾਡੇ ਕੋਲ ਜਿਹੜੇ ਸਪਾਈਨਲ ਕੋਡ ਦੇ ਪੇਸ਼ੈਂਟਸ ਨੇ, ਸੀ ਲੈਵਲ ਦੇ ਪੇਸ਼ੈਂਟਸ, ਐਲ ਲੈਵਲ, ਟੀ ਲੈਵਲ, ਸਾਰੇ ਲੈਵਲ ਦੇ ਪੇਸ਼ੈਂਟਸ ਨੇ, ਐਕਸਰਸਾਈਜ਼ ਕਰ ਰਹੇ ਨੇ, ਉਹਨਾਂ ਦਾ ਪ੍ਰੋਪਰ ਰੀਹੈਬਿਲੀਟੇਸ਼ਨ ਚੱਲ ਰਿਹਾ ਹੈ ਜੀ। ਅੰਕਲ ਜੀ ਨੇ ਇਹਨਾਂ ਦੇ ਸਟੈਂਡਿੰਗ 'ਤੇ ਹੁਣ ਸਟੈਂਡਿੰਗ ਦਾ ਬੈਲੈਂਸ ਚੱਲ ਰਿਹਾ ਜੀ, ਅਤੇ ਸੀ ਲੈਵਲ ਦੇ ਪੇਸ਼ੈਂਟਸ ਨੇ ਉਹ ਐਕਸਰਸਾਈਜ਼ ਕਰ ਰਹੇ ਨੇ। ਤੁਸੀਂ ਇੱਧਰ ਦੇਖ ਸਕਦੇ ਹੋ, ਜੋ ਸਾਡੇ ਕੋਲ ਹਿਮਾਚਲ ਤੋਂ ਪੇਸ਼ੈਂਟਸ ਆਏ ਸੀ, ਇਹਨਾਂ ਦੇ ਇੰਨਾ ਜ਼ਿਆਦਾ ਅੱਗੇ ਇਹਨਾਂ ਦਾ ਪ੍ਰੋਗਰੈਸ ਚੱਲ ਰਿਹਾ ਕਿ ਹੁਣ ਇਹ ਸਾਈਕਲਿੰਗ ਕਰ ਰਹੇ ਨੇ ਜੀ। ਤੋ ਇਹਨਾਂ ਦੇ ਜਿਹੜੇ ਲੈਗਸ ਦੇ ਵਿੱਚ ਕੁਆਡਰੀਸੈਪਸ ਦੀ ਮੂਵਮੈਂਟ ਹੈ ਉਹ ਕਾਫੀ ਜ਼ਿਆਦਾ ਆ ਚੁੱਕੀ ਹੈ ਜੀ, ਅਤੇ ਹੁਣ ਇਹ ਸਾਈਕਲਿੰਗ ਕਰ ਰਹੇ ਨੇ। ਤੁਹਾਨੂੰ ਪੇਸ਼ੈਂਟਸ ਦਾ ਮਿਲਾਉਂਦੇ ਆ ਜੀ, ਜਿਹਨਾਂ ਦਾ ਬੈਲੈਂਸ ਆਇਆ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਕੀ ਨਾਮ ਹੈ ਜੀ, ਤੁਸੀਂ ਕਿੱਥੋਂ ਆਏ ਸੀ? ਮੇਰਾ ਨਾਮ ਬਲਦੇਵ ਹੈ ਜੀ, ਸ਼ਹਿਰੋਂ ਸੰਗਰੂਰ ਜ਼ਿਲ੍ਹਾ। ਠੀਕ ਹੈ ਜੀ। ਤੁਹਾਡੇ ਸੱਟ ਕਿਵੇਂ ਲੱਗੀ ਸੀ, ਕਿੰਨੀ ਦੇਰ ਹੋ ਗਈ? ਮੇਰੇ 2012 'ਚ ਸੱਟ ਲੱਗੀ, 4 ਮਹੀਨੇ ਜੀ, ਗੱਡੀ ਪਲਟ ਗਈ। ਠੀਕ ਹੈ ਜੀ। ਹਾਂਜੀ। ਅਤੇ ਫਿਰ ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਜੀ ਇਲਾਜ ਬਹੁਤ ਕਰਾਇਆ ਸੀਗਾ, ਚੰਡੀਗੜ੍ਹ ਵੀ ਆਇਆ, ਕਾਫੀ ਜਗ੍ਹਾ ਤੋਂ ਮੈਂ ਇਲਾਜ ਕਰਾਇਆ ਸੀ। ਤਾਂ ਮੈਂ ਉਸੇ ਟਾਈਮ ਬਿਸਤਰ 'ਤੇ ਰਹਿੰਦਾ ਸੀਗਾ। ਠੀਕ ਹੈ ਜੀ। ਬਿਸਤਰ 'ਤੇ ਰਹਿੰਦਾ ਸੀਗਾ ਕਿ ਬਹਿ ਵੀ ਨਹੀਂ ਸਕਦਾ ਸੀਗਾ ਮੈਂ ਚੱਜ ਵਾਂਗੂ, ਬੈਠਾ ਤਾਂ ਹੱਥ ਤਾਂ ਮੈਂ ਜਿਵੇਂ ਨਹੀਂ ਛੱਡ ਸਕਦਾ ਸੀ ਜਿਵੇਂ ਆਪਣੇ ਹੱਥ ਛੱਡ ਰਹੇ ਜੀ, ਜੇ ਤਾਂ ਮੈਂ ਛੱਡ ਨਹੀਂ ਸਕਦਾ ਸੀ ਹੱਥ। ਤਕਰੀਬਨ ਜਦੋਂ ਬਹਿਣਾ ਆਉਂਦਾ ਸੀ ਤਾਂ ਇਸ ਨੂੰ ਫੜ ਕੇ ਰੱਖਣਾ ਪੈਂਦਾ ਸੀ ਮੈਨੂੰ ਹਰ ਟਾਈਮ। ਤੁਸੀਂ ਇੱਕ ਵਾਰੀ ਦੱਸ ਸਕਦੇ ਹੋ ਕਿ ਤੁਹਾਡੇ ਕਿਹੜੇ ਲੈਵਲ 'ਤੇ ਸੱਟ ਲੱਗੀ ਸੀਗੀ ਜੀ? ਮੇਰੀ D3 ਜਾਂ D4 ਹੈ ਜੀ। ਸੰਗਤ ਜੀ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ D3 ਔਰ D4 ਲੈਵਲ ਹੁੰਦਾ ਨਾ ਜੀ, ਉਸਦੇ ਵਿੱਚ ਸਾਨੂੰ ਸਟਰਨਮ ਤੋਂ ਨੀਚੇ ਨੀਚੇ ਕੁਛ ਨਹੀਂ ਮਹਿਸੂਸ ਹੁੰਦਾ ਜੀ, ਨਾ ਕੁਛ ਸੈਂਸਰੀ ਮੂਵਮੈਂਟ ਹੁੰਦੀ ਹੈ ਨਾ ਮੋਟਰ ਮੂਵਮੈਂਟ ਹੁੰਦੀ ਹੈ। ਅਤੇ ਇਹਨਾਂ ਦੇ ਵਿੱਚ ਨਾ 12 ਸਾਲ ਤੋਂ ਵਿਦਾਊਟ ਬੈਲੈਂਸ ਸੀਗੇ ਜੀ, ਪਕੜ ਕੇ ਹੀ ਬੈਠਦੇ ਸੀਗੇ, ਕੋਈ ਬੈਲੈਂਸ ਨਹੀਂ ਸੀਗਾ। ਅਤੇ ਕੱਲ੍ਹ ਜਦੋਂ ਇਹਨਾਂ ਦੀ ਬੈਲੈਂਸਿੰਗ ਐਕਸਰਸਾਈਜ਼ ਸਟਾਰਟ ਕੀਤੀ ਹੈ, ਅਤੇ ਅੱਜ ਕਹਿ ਲਓ ਕਿ ਪਰਮਾਤਮਾ ਨੇ ਐਸਾ ਚਮਤਕਾਰ ਕੀਤਾ ਕਿ ਇਹਨਾਂ ਦਾ ਇੰਨਾ ਜ਼ਿਆਦਾ ਬੈਲੈਂਸ ਆ ਗਿਆ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਨਾਂ ਹੱਥ ਪਕੜੇ ਬੈਠ ਸਕਦੇ ਨੇ ਜੀ, ਇਹ ਵਜ਼ਨ ਵੀ ਚੱਕ ਸਕਦੇ ਨੇ ਜੀ। 2 ਕਿਲੋ ਦਾ ਇਹ ਡੰਬਲ ਹੈ ਜੀ, 2 ਕਿਲੋ ਦਾ ਇਹ ਵਜ਼ਨ ਵੀ ਚੱਕ ਸਕਦੇ ਨੇ ਜੀ। ਬਹੁਤ ਵਧੀਆ ਜੀ। ਪਹਿਲਾਂ ਇਸ ਤਰ੍ਹਾਂ ਮੇਰੇ ਤੋਂ ਬੈਠ ਨਹੀਂ ਹੁੰਦਾ ਸੀ, ਇਹਨੂੰ ਹਰ ਟਾਈਮ ਇਹਨੂੰ ਫੜਨਾ ਪੈਂਦਾ ਸੀਗਾ। ਮੈਂ ਜਦੋਂ ਫਿਰ ਕਟੀਵਾ ਸਕੂਟਰੀ ਹੈ ਮੇਰੇ ਲਈ, ਜਦੋਂ ਉਸ 'ਤੇ ਵੀ ਬਹਿੰਦਾ ਸੀ, ਉਸ 'ਤੇ ਮੈਨੂੰ ਘੁੱਟ ਕੇ ਫੜਨਾ ਪੈਂਦਾ ਸੀ। ਉਸ ਨੂੰ ਵੀ ਐਂ ਨਹੀਂ ਵੀ ਦੇਖਣ ਵਾਲਾ ਤਾਂ ਐਂ ਸੋਚਦਾ ਵੀ ਸਕੂਟਰੀ ਚਲਾ ਰਿਹਾ, ਪਰ ਉਹਨੂੰ ਮੇਰੀ ਤਕਲੀਫ ਤਾਂ ਨਹੀਂ ਪਤਾ ਹੁੰਦਾ ਸੀ ਵੀ ਕਿਵੇਂ ਚਲਾ ਰਿਹਾ, ਜਦੋਂ ਮੈਂ ਪੂਰੀ ਮਜ਼ਬੂਤੀ ਨਾਲ ਬਹਿੰਦਾ ਸੀ। ਬਿਲਕੁਲ ਜੀ। ਇਹ ਨਾ ਸਾਨੂੰ ਸੁਣਨ ਨੂੰ ਬੜੀ ਛੋਟੀ ਜਿਹੀ ਚੀਜ਼ ਲੱਗਦੀ ਹੈ ਜੀ, ਪਰ ਇਹ ਹੈ ਬਹੁਤ ਵੱਡੀ ਚੀਜ਼ ਹੈ। ਜਿਹਦੇ ਇੰਨੇ ਉੱਚੇ ਲੈਵਲ 'ਤੇ ਸੱਟ ਲੱਗੀ ਹੋਵੇ, ਸਪਾਈਨਲ ਕੋਡ ਇੰਜਰੀ ਹੋਵੇ, ਕੰਪਲੀਟ ਇੰਜਰੀ ਹੋਵੇ, ਔਰ ਉਹਦਾ 1-2 ਦਿਨ ਦੇ ਵਿੱਚ ਬੈਲੈਂਸ ਬਣ ਜਾਣਾ, ਇਹ ਬਹੁਤ ਵੱਡੀ ਕਰਾਮਾਤ ਹੈ ਜੀ ਪਰਮਾਤਮਾ ਦੀ। ਅਤੇ ਜਿਵੇਂ ਇਹ ਦੱਸ ਰਹੇ ਕਿ ਸਕੂਟੀ ਦੇ ਉੱਪਰ ਵੀ ਬੈਠਦੇ ਸੀ ਨਾ, ਇਹਨਾਂ ਦੇ ਪਿੱਛੇ ਇੱਕ ਬੈਕ ਰੈਸਟ ਲੱਗਿਆ ਹੋਇਆ ਸੀ, ਅਤੇ ਹੁਣ ਮੈਨੂੰ ਲੱਗਦਾ ਇਹਨਾਂ ਨੂੰ ਬੈਕ ਰੈਸਟ ਦੀ ਵੀ ਜ਼ਰੂਰਤ ਨਹੀਂ ਹੈ, ਅਤੇ ਸਕੂਟੀ ਇੱਦਾਂ ਹੀ ਚਲਾ ਲੈਣਗੇ। ਹਾਂਜੀ ਹਾਂਜੀ। ਹਾਂ, ਕਿਉਂਕਿ ਹੁਣ ਕੋਈ ਦਿੱਕਤ ਨਹੀਂ ਆਉਂਦੀ ਜੀ ਬੈਠਣ ਦੇ ਵਿੱਚ, ਕਿਉਂਕਿ ਜਦੋਂ ਹੱਥ ਛੱਡ ਕੇ ਬੈਠਣ ਲੱਗ ਗਿਆ ਤਾਂ ਫਿਰ ਤਾਂ ਬਿਲਕੁਲ ਉਹਦੀ ਦਿੱਕਤ ਨਹੀਂ ਆਊਗੀ, ਜਿੰਨਾ ਉਸ 'ਤੇ ਜ਼ੋਰ ਨਹੀਂ ਲੱਗਦਾ ਪਊਗਾ। ਜਿਵੇਂ ਹੁਣ ਇਸ 'ਤੇ ਬੈਠਿਆ ਜ਼ੋਰ ਲਾ ਕੇ ਬਹਿਣਾ ਪੈਂਦਾ, ਠੀਕ, ਕਿਉਂਕਿ ਇਹਨੂੰ ਫੜ ਕੇ ਬੈਠਾ ਹੋਇਆ, ਜੇ ਛੱਡ ਦਿੰਦਾ ਮੈਂ ਉਹਨੂੰ ਉਸੇ ਟਾਈਮ ਤਾਂ ਡਿੱਗ ਜਾਂਦਾ ਸੀ। ਹੁਣ ਮੈਨੂੰ ਕੋਈ ਚੱਕਰ ਨਹੀਂ, ਦਿੱਕਤ ਨਹੀਂ ਆਉਂਦੀ, ਜਿਵੇਂ ਮਰਜ਼ੀ ਬੈਠਾ। ਠੀਕ ਹੈ। ਨਹੀਂ, ਬਹੁਤ ਵਧੀਆ ਜੀ, ਉਮੀਦ ਨਹੀਂ ਛੱਡਣੀ ਜੀ, ਆਪਾਂ ਜਿੰਨਾ ਹੋਰ ਵੱਧ ਤੋਂ ਵੱਧ ਹੋ ਸਕਦਾ ਉਨਾ ਕਰਾਂਗੇ ਜੀ। ਠੀਕ ਹੈ ਨਾ ਜੀ। ਸੰਗਤ ਜੀ, ਇੰਨੇ ਕੁ ਲਫ਼ਜ਼ਾਂ ਦੇ ਨਾਲ ਅਸੀਂ ਵੀਡੀਓ ਨੂੰ ਐਂਡ ਕਰਦੇ ਹਾਂ ਜੀ, ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।